हाँ जी वेलकम जी सब का अपने एक होर नवे ब्लॉग के अच्छ कहते आप रेड हॉर्स के न्यू शूज़ पाने तो चलद समराले टायर लैन बाकी रिपोर्ट थोनों आके दिखावे लो भी मित्रों तेल लिया भरा तो इधर है ना इन मैं पैसे कहने को कहा तो रील बना लगा चरण की इन्हें कट्ठे पैसे अज नहीं देखे पहली बार इन्ने कट्ठे पैसे इन्हें अज पहली बार देखे तो रील बना लग गया तो लड़ तो आप तेल लिया भरा अद्धी टैंकी तो वध हो गया चलद सीधा समराले सौदा ही मारना आप सलाह मशरवा करना टायर लैके ही आने अज आप जरूरी चाहिए भी आ जो मर्जी समझ सकते हो क्योंकि पिंड नगर कीर्तन है परसों टायर आप अज टाइम ना ही लैके आ जाना तो अज ही पवा लाँगे फिर तो हम थोन मिलते हैं सीधा जाके समराले लो मित्रों आ गए आप हेम टायर कहते वो सामने जी शॉप ਗੱਡੀ ਸਾਈਡ ਤੇ ਲਾ ਕੇ ਤੇ ਟਾਇਰ ਲਈਏ ਲੱਦ ਹਨਾ ਹਾਂਜੀ ਭਾਈ ਕਿਹੜੇ ਟਾਇਰ ਲੈਣੇ ਦੱਸ ਦੇ ਫਿਰ ਉਹ ਦੋ ਫੁੱਟੇ ਹੀ ਲੈਣੇ ਆ ਬਾਕੀ ਜੇ ਅੰਦਰ ਜਾ ਕੇ ਦੇ ਦਿਆਂਗੇ ਕੀ ਪਤਾ ਕੋਈ ਹੋਰ ਪਸੰਦ ਆ ਜਾਣ ਤੇ ਚੱਲਦੇ ਆ ਹੁਣ ਲਓ ਵੀ ਮਿੱਤਰੋ ਆ ਗਿਆ ਆਪਾਂ ਹੇਮ ਟਾਇਰਸ ਦੇ ਤੇ ਹੁਣ ਟਾਇਰ ਦੇਖਦੇ ਆ ਕਿਹੜੇ ਲੈਣਾ ਮੇਰੇ ਵੀਰੋ ਸਲਾਮ ਸ਼ਰਵਾ ਕਰ ਲਓ ਵੀ ਮਿੱਤਰੋ ਹੁਣ ਦੇਖਦੇ ਆ ਆਪਾਂ ਕਿਹੜਾ ਟਾਇਰ ਸਿਲੈਕਟ ਕਰਦੇ ਆ ਤੇ ਆ ਵੀ ਅੱਖਾਂ ਹੀ ਅੱਜ ਨੂੰ ਚੜ ਗਿਆ ਅੱਖਾਂ ਵਾਲੇ ਕਿਹੜੇ ਨੇ ਅੱਖਾਂ ਵਾਲੇ ਆਹ ਨੇ टायर शुरू होंगे छोटा वड्डा वड्डा छोटा छोटा चार लाइन वाले आई जांदे कहानी बाकी देखते हैं कि केड़े लैने हुण आपां देखण चलदे रिम ते फुल्ल भी दिखाउने आ चौड़े विचाले प्लेट लाके चौड़े कर दूंगे पूरे वधिया तैयार शियार हो गए ਆ ਰਿਮ ਕਹਿੰਦੇ ਪੂਰਾ ਹੈਵੀ ਚ ਬਣਿਆ ਹੋਇਆ ਵਾ ਇੰਨਾ ਹੈਵੀ ਆ ਵੀ ਗੱਜੀ ਤੋਂ ਚੱਕਿਆ ਵੀ ਨਹੀਂ ਜਾਂਦਾ ਨਹੀਂ ਇੰਨਾ ਨਹੀਂ ਹੈਵੀ ਹੈਗਾ ਹੈਗਾ ਜੋਰ ਜਿਹਾ ਕੋ ਲੱਗੀ ਜਾਂਦਾ ਤੇ ਆ ਪਲੇਟ ਸਭ ਤੋਂ ਹੈਵੀ ਆ ਇਹਦੇ ਵਿੱਚ ਤੇ ਬਾਕੀ ਇੱਕ ਹੋਰ ਹੈਵੀ ਚ ਆ ਉਹ ਵੀ ਦਿਖਾਉਂਦੇ ਆ ਬਾਈ ਹੁਣੀ ਤੇ ਬਾਕੀ ਫਿਰ ਦੋਨਾਂ ਚ ਇੱਕ ਰਿਮ ਬਾਕੀ ਇਹਦਾ ਕੰਮ ਵੀ ਬਹੁਤ ਆ ਜਾਂਦੀ ਹੈ ਪਲੇਟ ਆ ਤੋ ਕਹਿੰਦਾ ਓਏ ਆ ਬਾਮਣ ਓਏ ਆਰੇ ਬਾਮਣ ਆ ਕਹਿੰਦਾ ਹੀਗਾ ਟਾਇਰ ਆ ਟਾਇਰ ਕਹਿੰਦਾ ਹੀ ਬਾਮਣ ਕਹਿੰਦਾ ਆ ਟਾਇਰ ਪਾਉਣੇ ਆ ਹੀ ਕਹਿੰਦਾ ਸੀ ਨਾ ਤੂੰ ਕਹਿੰਦਾ ਹੀ ਮਿਲਣੇ ਨਹੀਂ ਇੱਥੋਂ ਦੇਖ ਇੱਥੇ ਸਾਰਾ ਕੋ ਮਿਲ ਜਾਂਦਾ ਟਾਇਰ ਹੀ ਟਾਇਰ ਤੱਕ ਟਾਇਰ ਹੀ ਟਾਇਰ ਤੱਕ ਓਏ ਆਰੇ ਬਈ ਮੇਰੇ ਆਰੇ ਮੈਂ ਆ ਕਹਿੰਦਾ ਹੀਗਾ ਆ ਕਹਿੰਦਾ ਹੀ ਬਾਮਣ ਆ ਟਾਇਰ ਕਹਿੰਦਾ ਹੀ ਬਾਮਣ ਇੱਥੇ ਬਣਾਵਾ ਲਾਏ ਜਿਹੜਾ ਗਰੋਸੀ ਪਾਇਆ ਬੜਾ ਕਹਿੰਦਾ ਓਏ ਇੱਕ ਉਹ ਪਿੱਛੇ ਪਿਆ ਦੇਖ ਉਹ ਪਿਛਲਾ ਦਾਇਰਾ ਸਮਝ ਜਾਈ ਲੱਗਦਾ ਟਾਇਰ ਹੀ ਟਾਇਰ ਆ ਚਲੋ ਹੁਣ ਆਪਾਂ ਰਿਮ ਦੇਖ ਲਈਏ ਚਰਨ ਇਹ ਟਾਇਰ ਬਾਰੇ ਕੀ ਕਹਿਣਾ ਚਾਹੁੰਨਾ ਇਹ ਟਾਇਰ ਭਰਾਵਾ ਦੇਖਤਾ ਹੀ ਮੇਰੇ ਲੱਕ ਜਿੱਡਾ बाकी आपा हुण केड़ा टायर सी ओह नहीं नहीं एक तां इहदे विच चढ़वा के देखना रिम एक एमआरएल च चढ़ाउणा वा ते एक टायर सी उधर देख के आणा तुहानूं पिछे दिखाया उहदे विच रिम चढ़ा के देखना ਤੇ ਫਿਰ ਜਿਹੜਾ ਦੋਨਾਂ ਚੋਂ ਵਧੀਆ ਲੱਗੂ ਉਹ ਰੇਲੀ ਗੱਡੀ ਵਾਲਾ ਟਾਇਰ ਆ ਉਹਦੇ ਵਿੱਚ ਰਿਮ ਚੜਾ ਕੇ ਦੇਖਣਾ ਜੇ ਇੱਕ ਐਮਆਰਐਲ ਕੰਪਨੀ ਦਾ ਘਾਟ ਲੱਗਿਆ ਫਿਰ ਉਹ ਐਮਆਰਐਲ ਚ ਜੜਿਆ ਹੀ ਹੋਇਆ ਵਾ ਬਾਕੀ ਆਪਣੇ ਆ ਪਰੇ ਮਣੇ ਵਾਂਗੇ ਵੀਰੇ ਬਾਬਾ ਉਹਦੇ ਵੀ ਰਿਮ ਬਣੇ ਆ ਵੀਰੇ ਆ ਰਿਮ ਨੇ ਆ ਲੋ ਤੇਰ ਆਇਆ ਬੈਰ ਥੋੜਾ ਜਿਹਾ ਇਹਨੇ ਕਸ ਕੇ ਹੋਰ ਸਿੱਧਾ ਜਾ ਹੋ ਜਾਣਾ ਨਾ ਹਾਂ ਇਹਦੀ ਅਜੇ ਮੈਨੂੰ ਕਹਿੰਦੇ ਗਲਾਈ ਜੀ ਜਾਣਾ ਹੈ ਬਾਤ ਨੂੰ ਕਹੀ ਕਸ ਕੇ ਇਹਨੇ ਸਿੱਧਾ ਜਾ ਹੋ ਜਾਣਾ ਲੋ ਮਿੱਤਰੋ ਇੱਕ ਆਪ ਆ ਟਾਇਰ ਦੇ ਵਿੱਚ ਰਿਮ ਚੜਵਾ ਕੇ ਦੇਖਣਾ ਤੇ ਆਹਾ ਤੇ ਆਪਾਂ ਇੱਕ ਨੂੰ ਇੱਕ ਆਪਾਂ ਨੂੰ ਆਲਾ ਪਸੰਦ ਆ ਆ ਟਾਇਰ ਇਹ ਤਿੰਨਾਂ ਚੋਂ ਇੱਕ ਸਿਲੈਕਟ ਕਰ ਲੈਣਾ ਹਨਾ ਇੱਕ ਉਹਦੇ ਵਿੱਚੋਂ ਤੇ ਇੱਕ ਇਹ ਤੇ ਇੱਕ ਐਮਆਰਐਲ ਹੁਣ ਇਹ ਤਿੰਨਾਂ ਦੇ ਨਾਲ ਜੋੜ ਕੇ ਦੇਖਦੇ ਆ ਜਿਹੜਾ ਜ਼ਿਆਦਾ ਸੋਹਣਾ ਲੱਗਿਆ ਉਹ ਲੈ ਲੈਣਾ ਆਪਾਂ ਬਾਕੀ ਲੋ ਮਿੱਤਰੋ ਹੁਣ ਆ ਰਿਮ ਆ ਟਾਇਰ ਚੜਵਾ ਕੇ ਦੇਖਦੇ ਆ ਇਹਦੀ ਹਾਈਟ ਹਿਸਾਬ ਦਾ ਚੌੜਾ ਚੌੜਾ ਇਹ ਕਿੰਨਾ ਕੁ ਹੁੰਦਾ ਤੇ ਇੱਕ ਪਸੰਦ ਉਹ ਇੱਕ ਪਸੰਦ ਆਹ ਤੇ ਇੱਕ ਪਸੰਦ ਉਹ ਕਿਹੜਾ 1116 ਵਾ ਉਹ 1116 ਵਾ ਤੇ ਉਹ ਇਹਨਾਂ ਤਿੰਨਾਂ ਚੋਂ ਇੱਕ ਟਾਇਰ ਪਸੰਦ ਕਰਦੇ ਆ ਤੇ ਆਹ ਤਾਂ ਨਜਾਇਜ਼ ਹੀ ਵੱਡਾ ਹੋ ਜਾਣਾ ਇਹਦਾ ਤਾਂ ਕੋਈ ਫਾਇਦਾ ਨਹੀਂ ਇੰਨੇ ਦਾ ਹਨਾ ਆ ਸਾਡੇ ਬੰਦੇ ਵੀ ਸਰਾ ਹੀ ਨੇ ਕਹਿੰਦੇ ਡਿਜ਼ਾਇਰ ਲਈ ਲਾਏ ਦੇਖਣੇ ਆ ਡਿਜ਼ਾਇਰ ਲਈ
ਜੇ ਯਾਰ ਚਾਹ ਪਾਉਣਾ ਵਾ ਮੇਰੀ ਮੇਰੀ ਮੰਨੋ ਕਿੱਧਰ ਗਿਆ ਕਿੱਧਰ ਗਿਆ ਮੇਰੀ ਮੰਨੋ ਆ ਨਹੀਂ 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 ਆ ਪਾਉਣਾ ਇਹ ਅੱਜ ਫੇ ਜੂਮ ਵੱਜੂਗਾ ਆ ਟਾਇਰ ਵਾ खेडी आने जिथे लाए पे उथे तां पहुंचे ही नहीं गए लाए लाए करते भाइया ने ओ पौने मेरी मान 11 16 ਦੇ ਟਾਇਰ ਹੀ ਪਾ ਦੇ ਟਾਇਰ ਐਮ ਤੇ ਬਾਈ ਨੂੰ ਟਾਇਰ ਐਮ ਤੇ ਚੜੀ ਜਾਂਦਾ ਮੱਲੋ ਮੱਲੀ ਹੈ ਟਾਇਰ ਐਮ ਤੇ ਚੜੀ ਜਾਂਦਾ ਮੱਲੋ ਮੱਲੀ ਠੀਕ ਮਜ਼ਾ ਹੀ ਚੜਦਾ ਟਾਇਰ ਐਮ ਤੇ ਦੇਖੋ ਚੰਨ ਲਵਾ ਦੇ ਹੱਥ ਨਾਲ ਯਾਰ ਹੈ ਲਵਾ ਦੇ ਨਾਲ ਹੱਥ ਦੇ ਨਾਲ ਹਾਂ ਮੈਂ ਕਿਹਾ ਹੱਥ ਲਵਾ ਦੇ ਨਾਲ ਕਹਿੰਦਾ ਥੋੜੀ ਜਿਹੀ ਮਾਰਨੀ सब तो वध मेन चीज होना ही है ना चाह आ गई चाह जिथे जाइए तो चाह तो पीनी ही पीनी आई भाई गुरजीत नूं पुछदा कहिंदा भाई चाह गुरजीत कहिंदा होर करन वी की आई सी चाह ही पीना है ते चाह बिना सरदा भी किथे आ ते इधर कहिंदे लो भी मित्रों इधर टायर चाड़ता ते थोड़ा जिहा रह गया बस फिर देते हैं हवा हवा भर के ना किहदी हाइट हुइट दा की हिसाब किताब आउंदा वा फिर करदे आं भी पसंद बाकी एमआरएल इधर रखता आपां पसंद का टायर यह भी इधर पियान भी नाल ला के फिर देखते हैं कड़ा लेने टायर इन्हों चो फिर जाके पाने आप रेड हॉर्स दे रेड हॉर्स होनी हले मोरू नीमे झुके हुए डाउन टू अर्थ सारे झुके हुए चकने जहां तह भी जाके लो मित्रों आ टायर भी हो गया रेडी तो हम तिने नाल जोड़ के देते हैं आ तिना टायर चो एक टायर खरीदते आप हम देखते हैं यदि सारों वध हाइट आ सारों थले आर बाकी हम देखते हैं लो भी मित्रों फाइनली आप हम एमआरएल चूज किया वा जोड़ा आह टायर है ये महीने के बाद यह चा ले जाना है ना महीने के बाद लगन लग जाए देख के हम होर ले जोड़े एमआरएल वाला जाने की जोड़े दो फुटे आगे सदाबहार जोड़े आह टायर इदू छोटा नंबर अपने अक्ष अक्ष को है वा है ना जो जी किया तो लैके पा लिया करा दो फुटे जो जी किया आप तो ले लिया करूगा ना यानी हम आप दो फुटे सिलेक्ट किए तो यू ब्लैक पेंट कराने रैम आ ही ले लेने आप पूरे हैवी चा मोटी प्लेट च पूरे आ देखो यही पक्के अपने हम कैंसल करता साढ़े बंदे सारे यही फोन लाके पुछे भी कहे टायर लीए सारे दो फुटे की चॉइस ही यानी कि सोहना तो आ भी आई कोई गल नहीं टायर हले असी एक ही लिया दो टायर जोड़िया होर लेनिया ने थोड़ा यही रोके लवेंगे दो जोड़िया फिर चल दे पेंट लैके रेड हॉर्स बेचारा झुकया खड़ा वा झुकया खड़ा वा ते उन्हूं सैट करिए जाके लो मित्रों आ दो एमआरएल दे ब्रांड आ तो यदा देखो तुम मूहरों फ्रंट वो चौड़ा कि आ गोल बन जे वाला वा टायर ब्रांड सेम ही इन्हों दो बई कहो मित्रों आ दो टायर चुनाव फर्क दस दें हम की आ जोड़ा आ एमआरएल का ब्रांड आ सब यह ढिड जहा बहुत बहर न जो इन्हें कसना इन्हें बचाणों कसी जाना कल ने सैडा भी बच जानी तो आ भी एमआरएल का ही आ चौड़ा वादा तो यह बरूबर कसू रोड से जाना भी पूरा धक् पाऊगा आप जाने की आह टायर लेने यह है एमआरएल का ही आ भी एमआरएल का ही फर्क सिर्फ यही आदा ढिड बाला बहर न जाने की स्टेट फिट आ हम तुम कमेंट भी दस दौ भी स्टेट फिट ही वधिया लगना तो चलो सबनों पता है ना तो आप भी फिर स्टेट फिट ही ले लिया तो जाने की दोने एमआरएल हम आप सिलेक्ट कर लिया एक तार एम से चाढ़ता तो दूजा चाढ़ के फिर आप गड्डी लद के लै चलते हैं आ मेरे भीरो कहते चढ़ती ब्रेक का गभरू कहते दूजा टायर भी लिया है जानू रैम फिट कर दिया जानू आप गड्डी जगह बनाइए टैटू रखने की सीटा सूटा पिछल चाक लो भी मित्रों दोनों टायर हो गए रेडी इधर भी इस भारती रम करता फिट तो इधर खड़े ही लग गया बी मार ब्लैक दोनों के ब्लैक स्परे करा के ओके रिपोर्ट करा के फिर लैके चलते हैं लो मित्रों एक टायर हो गया रेडी तो दूजा बस थोड़ा जहा रह गया
ਤੇ ਆਪਣੀ ਗੱਡੀ ਵੀ ਬੈਕ ਕਰਕੇ ਲਾ ਲਈ ਤੇ ਹੁਣ ਲੱਦਦੇ ਆ ਚਾਦਰ ਚੁਦਰ ਜੀ ਮੈਂ ਚੱਕ ਲਿਆ ਸੀਗਾ ਯਾਨੀ ਕਿ ਤਿਆਰ ਹੋ ਕੇ ਹਾਂ ਕਹਿੰਦਾ ਫਟਾਫਟ ਨਿਬੇੜ ਕੇ ਚੱਲੀਏ ਲਓ ਵੀ ਮਿੱਤਰੋ ਪੇਂਟ ਹੋ ਗਿਆ ਦੋਨਾਂ ਟਾਇਰਾਂ ਤੇ ਤੇ ਹਵਾ ਚੈੱਕ ਕਰਕੇ ਬਸ ਹੁਣ ਤਾਂ ਹਵਾ ਹੀ ਚੈੱਕ ਕਰਨੀ ਆ ਬਾਕੀ ਤਾਂ ਸਾਰਾ ਨਿਬੜ ਗਿਆ ਤੇ ਨੋਵਾ ਚ ਧਰ ਲੈਂਦੇ ਆ ਫਿਰ ਕੈਸ਼ ਰਾਹੁਲ ਨੂੰ ਫੜਾਈ ਹੋਈ ਆ ਹਾਂ ਤੇ ਬਸ ਕੈਸ਼ ਕੁਝ ਦੇ ਕੇ ਫਿਰ ਚੱਲਦੇ ਆ ਇੱਕ ਟਾਇਰ ਲੱਦ ਲਿਆ ਤੇ ਦੂਜਾ ਲੱਦਦੇ ਆ ਬਾਈ ਸਹੀ ਢੰਗ ਨਾਲ ਲੱਦਿਓ ਚਾਦਰ ਜੀ ਨਾਲ ਲਾ ਦੋ ਲੋ ਵੀ ਮਿੱਤਰੋ ਟਾਇਰ ਲੈ ਕੇ ਆ ਗਏ ਸੀਗੇ ਆਪਾਂ ਤੇ ਹੁਣ ਆਪਾਂ ਰੁਕੇ ਹੋਏ ਸੀ ਕੈਂਡ ਪਕੌੜੇ ਖਾਣ ਕੈਂਡ ਦੇ ਪਕੌੜੇ ਅੱਜ ਮੈਂ ਪਹਿਲੀ ਵਾਰ ਖਾਧੇ ਆ ਭਾਈ ਬਾਲੇ ਕੈਂਡ ਸੀ ਲਿਆਇਆ ਚਰਨ ਸੀ ਕੈਂਡ ਆਪਾਂ ਨੂੰ ਤੇ ਚਾਹ ਚੂਹ ਪੀ ਲਈ ਤੇ ਪਕੌੜੇ ਸੀਗੇ ਪੂਰੇ ਇੱਕ ਨੰਬਰ ਜਦੋਂ ਇੱਧਰ ਲੇਰੀ ਜਾਇਆ ਕਰਾਂਗੇ ਹੁਣ ਪਕੌੜੇ ਪੂੜੇ ਖਾ ਕੇ ਜਾਇਆ ਕਰਾਂਗੇ ਤੁਸੀਂ ਵੀ ਆਓਗੇ ਫਿਰ ਤੁਸੀਂ ਵੀ ਖਾ ਕੇ ਹਾਂ ਕੈਂਡ ਜ਼ਰੂਰ ਪਕੌੜੇ ਖਾ ਕੇ ਆ ਜਾਇਓ ਤੇ ਹੁਣ ਆਪਾਂ ਚੱਲਦੇ ਆ ਪਿੰਡ ਦੋਵੇਂ ਮਿੱਤਰ ਪਹੁੰਚ ਗਏ ਘਰੇ ਤੇ ਬੇਸ ਕੱਢਤੀ ਬਾਹਰ ਤੇ ਟਾਇਰ ਹੁਣ ਟਾਇਰ ਵੀ ਬਾਹਰ ਕੱਢ ਲਈਏ ਜਿਹੜਾ ਮੇਨ ਇਹਨਾਂ ਕੋਰਸ ਕਰਕੇ ਆਏ ਆਪਾਂ ਜਾ ਕੇ ਚਲੋ ਫਿਰ ਲਓ ਮਿਹਨਤ ਹੌਲੀ ਕਹਿੰਦੇ ਖੜ ਜਾ ਮੈਂ ਤੇਰੇ ਨਾਲ ਹੱਥ ਲਵਾਉਣਾ ਫੋਨ ਬੰਦ ਹੀ ਕਰਦਾ ਲਓ ਮਿੱਤਰੋ ਟਾਇਰ ਲਾ ਲਏ ਤੇ ਆਪਣੇ ਜਵਾਕ ਜੇ ਆ ਸਾਰੇ ਟਾਇਰਾਂ ਨਾਲ ਹੀ ਖੇਡੀ ਜਾਂਦੇ ਆ ਤੇ ਹੁਣ ਟਾਇਰਾਂ ਨੂੰ ਲਾ ਦਈਏ ਸਾਈਡ ਤੇ ਫਿਲਹਾਲ ਤਾਂ ਮੀਂਹ ਪੈ ਰਿਹਾ ਵਾ ਹੁਣ ਤਾਂ ਚੜਾਏ ਨਹੀਂ ਜਾਣੇ ਟਾਇਰ ਆਪਾਂ ਤੋਂ ਇਹ ਉਹਨੂੰ ਲਾਈਏ ਸਾਈਡ ਤੇ ਬਾਅਦ ਚੋਂ ਚੱਲਦੇ ਹਾਂ ਜੇ ਅੱਜ ਮੀਂਹ ਹਟ ਜਾਵੇ ਨਹੀਂ ਤਾਂ ਕੱਲ੍ਹ ਨੂੰ ਚੜਾਵਾਂਗੇ ਟਾਇਰ ਨਹੀਂ ਆਹ ਕੀ ਆ ਇਹਨੂੰ ਫੜ ਜਵਾ ਕੇ ਇਹਨੂੰ ਟਾਇਰ 'ਚ ਸੈੱਟ ਇਹਨੂੰ ਟਾਇਰ 'ਚ ਉਹ ਨਾ ਨਾ ਬਸ ਬਸ ਰਹਿਣ ਦੇ ਇਹਦਾ ਗਰਮੀ ਹੋ ਗਈ ਤੁਸੀਂ ਇੱਥੇ ਸਾਈਡ ਤੇ ਲਾ ਦਿਓ ਯਾਰ ਮਾੜਾ ਜਿਹਾ ਇਹਨੂੰ ਸਾਈਡ ਤੇ ਲਾ ਦੇ ਇਹਨੂੰ ਮਾੜਾ ਜਿਹਾ ਲਓ ਵੀ ਮਿੱਤਰ ਹੁਣ ਆਪਾਂ ਆਹ ਟਰਾਲੀ ਖੜਾਇਆ ਜੀ ਇਹ ਨਗਰ ਕੀਰਤਨ ਨਾ ਆਪਣੇ ਪਿੰਡ ਪਰਸੋਂ ਨੂੰ ਤੇ ਹੁਣ ਘਰੇ ਤਾਂ ਕੀ ਲਾਉਣੀ ਉੱਥੇ ਹੀ ਲਾਇਆ ਆਉਂਦੇ ਹਾਂ ਪਹਿਲਾਂ ਹੀ ਤੇ ਆ ਕੇ ਦੇ ਦਿਆਂ ਜੇ ਟਾਇਰ ਦਾ ਟਾਈਮ ਲੱਗਦਾ ਅੱਜ ਨਹੀਂ ਤਾਂ ਕੱਲ੍ਹ ਨੂੰ ਬਾਕੀ ਸੈਲਫ ਮਾਰੀ ਟਰੈਕਟਰ ਦੀ ਹੁਣ ਚੱਲ ਵੀ ਮਿੱਤਰਾ ਹੋਇਆ ਸਟਾਰਟ ਹੋ ਹੀ ਗਿਆ ਫਿਰ ਮਾੜੀ ਮੋਟੀ ਅਣਬਣ ਜੀ ਕਰਕੇ ਹੁੰਦਾ ਇਹ ਅਤੇ ਬਾਕੀ ਹੁਣ ਟਰਾਲੀ ਲਾਇਆ ਜੀ ਗੁਰਦੁਆਰੇ ਅਤੇ ਬਾਅਦ 'ਚੋਂ ਦੇਖਦੇ ਹਾਂ ਜਾਂ ਅੱਜ ਚੜਾਉਂਦੇ ਹਾਂ ਜਾਂ ਅਗਲੇ ਵਲੋਗ 'ਚ ਕਿਉਂਕਿ ਆਹ ਵਲੋਗ ਵੀ ਹੋ ਹੀ ਗਿਆ ਹੁਣ 15-20 ਮਿੰਟ ਦਾ ਮਿਲਣਾ ਤਾਂ ਬਾਕੀ ਦੇਖਦੇ ਹਾਂ ਲਓ ਵੀ ਮਿੱਤਰੋ ਗੁਰਦੁਆਰਾ ਸਾਹਿਬ ਆ ਗਏ ਆਪਾਂ ਅਤੇ ਟਰਾਲੀ ਦਿੰਦੇ ਹਾਂ ਕੱਢ ਉਹ ਕੱਢਦੇ ਲਓ ਮਿੱਤਰੋ ਟਰਾਲੀ ਕੱਢਤੀ ਆਪਾਂ ਉਰੇ ਅਤੇ ਪਰਸੋਂ ਨੂੰ ਹੁਣ ਤੁਹਾਨੂੰ ਦਿਖਾਵਾਂਗੇ ਆਪਣੇ ਪਿੰਡ ਦਾ ਨਗਰ ਕੀਰਤਨ ਅਤੇ ਹੁਣ ਚੱਲਦੇ ਆਪਾਂ ਘਰੇ ਅਤੇ ਮੌਸਮ ਵੀ ਸਾਫ ਹੋ ਚੱਲਿਆ ਲਓ ਮਿੱਤਰੋ ਆ ਗਏ ਘਰੇ ਅਤੇ ਹੁਣ ਟਾਇਰ ਨਾਲ ਲਾ ਕੇ ਦੇਖੀਏ ਉਹ ਕਿੰਨੇ ਕੁ ਨਿੱਕੇ ਆ ਅਤੇ ਆਹ ਕਿੰਨੇ ਕੁ ਵੱਡੇ ਲੱਗਦੇ ਆ ਕਰੋ ਚੈੱਕ ਰੈੱਡ ਹੌਰਸ ਨਿਊ ਸ਼ੂਜ਼ ਨਾਲ ਬਸ ਥੋੜ੍ਹੇ ਟਾਈਮ ਤੱਕ ਪਾਉਂਦੇ ਆ ਟਾਇਰ ਇਹਦੇ 'ਤੇ ਬਾਕੀ ਆਹ ਟਾਇਰਾਂ ਨਾਲੋਂ ਕਾਫੀ ਵੱਡੇ ਆ ਇਹ ਟਾਇਰ ਇੱਥੇ ਤੱਕ ਤਾਂ ਆਹੀ ਆ ਅਤੇ ਉੱਪਰ ਗੁੱਡੀ ਦੇ ਲਓ ਗੱਡੀ ਆ ਅਤੇ ਹੁਣ ਝੁਕਿਆ ਜਿਹਾ ਹੋਇਆ ਸੀਗਾ ਹੁਣ ਨਹੀਂ ਇਹ ਝੁਕੂਗਾ ਅਤੇ ਬਾਕੀ ਕਰੋ ਚੈੱਕ